ਤੇ ਡਿਸਟ੍ਰਿਕਟ ਕ੍ਰਾਈਮ ਸੈੱਲ ਨੂੰ ਕੀ ਇਨਫੋਰਮੇਸ਼ਨ ਸੀ ਤੇ ਇਨਫੋਰਮੇਸ਼ਨ ਦੇ ਆਧਾਰ ਤੇ ਇਸ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਦੀ ਕੀਤੀ ਗਈ ਤੇ ਕਿੰਨੇ ਲੋਕ ਇਹਦੇ ਵਿੱਚ ਕਾਬੂ ਹੋਏ? ਕੱਲ ਡੀਸੀਸੀ ਦੀ ਟੀਮ ASI ਰਾਹੁਲ ਅਲੋਂਗ ਵਿਦ ਪੁਲਿਸ ਪਾਰਟੀ ਪੈਟਰੋਲਿੰਗ ਡਿਊਟੀ ਤੇ ਸੀ ਔਰ ਉਹਨਾਂ ਨੂੰ ਸੀਕ੍ਰੈਟ ਇਨਫੋਰਮੇਸ਼ਨ ਮਿਲੀ ਸੀ ਸ਼ਾਸਤਰੀ ਨਗਰ ਏਰੀਆ 'ਚ ਕਿ ਇਹ ਜਿਹੜੀ ਨਰਸਰੀ ਹੈ ਬਲੂਮਿੰਗਡੇਲ ਨਰਸਰੀ ਹੈ ਉੱਥੇ ਕਲਟੀਵੇਸ਼ਨ ਹੋ ਰਹੀ ਹੈ ਪੋਪੀ ਹਸਕ ਦੀ। ਔਨ ਰਿਸੀਵਿੰਗ ਦਿਸ ਇਨਫੋਰਮੇਸ਼ਨ ASI ਰਾਹੁਲ ਅਲੋਂਗ ਵਿਦ ਪੁਲਿਸ ਪਾਰਟੀ ਰੀਚਡ ਇਨ ਦੀ ਬਲੂਮਿੰਗਡੇਲ ਨਰਸਰੀ ਅਤੇ ਉੱਥੇ ਉਹਨੇ ਜਾ ਕੇ ਜਦੋਂ ਦੇਖਿਆ ਤਾਂ ਪੋਪੀ ਹਸਕ ਦੇ ਜਿਹੜੇ ਪਲਾਂਟ ਸੀ ਉਹ ਲੱਗੇ ਹੋਏ ਸੀ। ਆਫਟਰ ਵੈਰੀਫਾਇੰਗ ਦੀ ਫੈਕਟਸ ASI ਰਾਹੁਲ ਇਨਫੋਰਮਡ ਮੀ ਐਂਡ ਰਿਕੁਐਸਟਡ ਮੀ ਟੂ ਰੀਚ ਔਨ ਦੀ ਸਪੋਟ। ਔਨ ਰਿਸੀਵਿੰਗ ਦੀ ਮੈਸੇਜ ਆਫ ASI ਰਾਹੁਲ ਆਈ ਅਲੋਂਗ ਵਿਦ ਇੰਸਪੈਕਟਰ ਜਸਮਿੰਦਰ ਸਿੰਘ ਐਂਡ ਪੁਲਿਸ ਪਾਰਟੀ ਰੀਚਡ ਔਨ ਦਾ ਸਪੋਟ। ਆਈ ਵੈਰੀਫਾਈਡ ਦਾ ਫੈਕਟ ਐਂਡ ਫਾਊਂਡ ਦੈਟ ਪੋਪੀ ਹਸਕ ਪਲਾਂਟਸ ਵਰ ਬਲੋਸਮਿੰਗ ਦੇਅਰ ਐਂਡ ਆਫਟਰ ਦੈਟ ਪੁਲਿਸ ਪਾਰਟੀ ਪ੍ਰੋਸੀਡਡ ਫਰਦਰ ਐਂਡ ਦ ਪੋਪੀ ਹਸਕ ਪਲਾਂਟਸ ਵਰ ਟੇਕਨ ਇਨ ਟੂ ਪੋਜੈਸ਼ਨ ਐਜ਼ ਪਰ ਦਾ ਲਾਅ। ਸੋ ਵੇਅਰ ਦ ਨਰਸਰੀ ਓਨਰ ਸਮੀਰ ਕਾਲੀਆ ਐਂਡ ਵਨ ਗਾਰਡਨਰ ਮਾਲੀ CRM ਵਰ ਐਪਰੀਹੈਂਡਡ ਐਂਡ ਅਰੈਸਟਡ ਇਨ ਦਿਸ FIR ਅਕੋਰਡਿੰਗਲੀ ਕੇਸ FIR ਨੰਬਰ 16 ਡੇਟਡ 19/3/24 ਅੰਡਰ ਸੈਕਸ਼ਨ 18C NDPS ਐਕਟ ਪੁਲਿਸ ਸਟੇਸ਼ਨ IT ਪਾਰਕ ਵਾਸ ਗੋਟ ਰਜਿਸਟਰਡ। ਨਾਓ ਦ ਇਨਵੈਸਟੀਗੇਸ਼ਨ ਇਜ਼ ਗੋਇੰਗ ਔਨ। ਅਕਿਊਜ਼ਡ ਵਿਲ ਬੀ ਪ੍ਰੋਡਿਊਸਡ ਇਨ ਦ ਕੋਰਟ ਟੂਡੇ ਐਂਡ ਰਿਕੁਐਸਟ ਵਿਲ ਬੀ ਮੇਡ ਟੂ ਦੀ ਕੋਰਟ ਫਾਰ ਸੀਕਿੰਗ ਪੁਲਿਸ ਰਿਮਾਂਡ ਟੂ ਅਨਅਰਥ ਦਿਸ ਕੇਸ। ਸਰ ਇਹਦੇ ਵਿੱਚ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ? ਕਰ ਰਹੇ ਸੀ ਕਿ ਹੁਣੇ ਤੋਂ ਸ਼ੁਰੂ ਕੀਤੀ ਸੀ ਇਹਨੇ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੀ ਆਇਆ ਸਰ? ਇਹ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਦੇਖੋ ਜਿਹੜਾ ਅਕਿਊਜ਼ਡ ਹੈ ਉਹ ਤਾਂ ਹਮੇਸ਼ਾ ਮਨਾ ਹੀ ਕਰਦਾ, ਲੇਕਿਨ ਸਾਡੀ ਜਿਹੜੀ ਉੱਥੇ ਪਲਾਂਟਸ ਅਸੀਂ ਦੇਖੇ ਆ 725 ਪਲਾਂਟਸ ਵਰ ਰਿਕਵਰਡ, 725 ਪੋਪੀ ਹਸਕ ਪਲਾਂਟਸ ਕੋਈ ਛੋਟੀ ਗੱਲ ਨਹੀਂ ਹੈ। ਔਰ ਦਿਸ ਇਜ਼ ਦਾ ਫਸਟ ਕੇਸ ਇਨ ਦੀ ਹਿਸਟਰੀ ਆਫ ਚੰਡੀਗੜ੍ਹ, ਪਹਿਲਾਂ ਨਾ ਕਦੇ ਪੋਪੀ ਹਸਕ ਕਲਟੀਵੇਸ਼ਨ ਦਾ ਕੋਈ ਕੇਸ ਦਰਜ ਹੋਇਆ ਔਰ ਇਹ ਫਸਟ ਕੇਸ ਹੈ ਅਤੇ ਪੋਪੀ ਹਸਕ ਪਲਾਂਟ ਜਿਹੜੀ ਕਲਟੀਵੇਸ਼ਨ ਹੈ ਉਹ ਚੰਡੀਗੜ੍ਹ 'ਚ ਜਿਹੜੀ ਪਾਈ ਗਈ। ਡਿਪਟੀ ਸਾਹਿਬ ਇਹ ਜਿਹੜੀ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਪਤਾ ਲੱਗ ਪਾਇਆ ਕਿ ਕਿੰਨੇ ਦਿਨਾਂ ਤੋਂ ਇਹ ਚੱਲ ਰਿਹਾ ਸੀਗਾ ਅਤੇ ਅੱਗੇ ਕਿਸ ਨੂੰ ਸਪਲਾਈ ਹੋ ਰਿਹਾ ਸੀਗਾ ਇਹ ਸਾਰੀ? ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ, ਹੁਣ ਅਸੀਂ ਪੁਲਿਸ ਰਿਮਾਂਡ ਲਵਾਂਗੇ ਤਾਂ ਪਤਾ ਸਰ ਕੁਛ ਜਿਵੇਂ ਐਲੀਟ ਕਲਾਸ ਹੁੰਦੇ ਨੇ ਉਹ ਕੁਛ ਡਿਮਾਂਡ ਕਰਦੇ ਸੀਗੇ, ਕੋਈ ਸਪਲਾਈ ਕਿੱਥੋਂ ਜਾਂਦੀ ਸੀ ਇਹਦੇ ਬਾਰੇ ਤਾਂ ਹਲੇ ਕੁਛ ਪਤਾ ਨਹੀਂ ਹੈ, ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂ। ਇਹਦੇ ਕੁਛ ਹੋਰ ਵੀ ਕੰਮ ਨੇ ਇਸ ਤੋਂ ਇਲਾਵਾ ਨਰਸਰੀ ਤੋਂ? ਇਹਦੇ ਇਲਾਵਾ ਪਤਾ ਲੱਗਿਆ ਇਹਨਾਂ ਦਾ ਕੋਈ ਉੱਥੇ ਦੁਕਾਨ ਹੈਗੀ ਮੰਡੀ ਦੇ ਵਿੱਚ, ਉੱਥੇ ਵੀ ਇਹਨਾਂ ਦਾ ਕੋਈ ਕਾਰੋਬਾਰ? ਕਿਸ ਚੀਜ਼ ਦੀ ਦੁਕਾਨ ਹੈ ਜੀ, ਉਸ ਬਾਰੇ ਪਤਾ ਲੱਗਿਆ?
ਪਤਾ ਸੀਡ ਸਟੋਰ ਹੈ ਪਾਰਟ ਆਫ ਇਨਵੈਸਟੀਗੇਸ਼ਨ ਬਟ ਇਨ ਦੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਇਟ ਇਜ਼ ਫਾਊਂਡ ਕਿ ਮਾਲੀ ਹੈ ਜਿਹੜਾ ਉਹਨੂੰ ਪਤਾ ਸੀ ਔਰ ਮਾਲੀ ਨੂੰ ਉਹ ਜਿਹੜੇ ਬੀਜ ਸੀ ਉਹ ਮਾਲਕ ਨੇ ਸਮੀਰ ਨੇ ਦਿੱਤੇ ਸੀ ਪ੍ਰਾਵਧਾਨ ਕੀ ਹੈ ਸਰ ਥੋੜਾ ਜਿਹਾ ਉਹ ਵੀ ਦੱਸ ਦੋ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਖੇਤੀ ਉਹਦੇ ਵਾਸਤੇ ਪੂਰੀ ਪਰਮਿਸ਼ਨ ਦੇਖੋ ਇਹਦੇ ਚ ਜਿਹੜੀ ਕਲਟੀਵੇਸ਼ਨ ਹੈ ਕਲਟੀਵੇਸ਼ਨ ਪੰਜਾਬ ਚ ਤਾਂ ਹੋ ਨਹੀਂ ਰਹੀ ਜੇ ਕੋਈ ਕਰੇ ਵੀ ਜਾਂ ਬਾਹਰਲੀਆਂ ਸਟੇਟਸ ਜਿੱਦਾਂ ਮੱਧ ਪ੍ਰਦੇਸ਼ ਚ ਰਾਜਸਥਾਨ ਚ ਹੁੰਦੀ ਹੈਗੀ ਉਹਦਾ ਸਪੈਸ਼ਲ ਗਵਰਨਮੈਂਟ ਤੋਂ ਪਰਮਿਟ ਲੈਣਾ ਪੈਂਦਾ ਅਦਰਵਾਈਜ਼ ਇਹਨੂੰ ਕਰ ਨਹੀਂ ਸਕਦਾ ਸੋ ਐਟ ਦੀ ਸਪੋਟ ਦੇ ਵਰ ਆਸਕ ਟੂ ਪ੍ਰੋਡਿਊਸ ਐਨੀ ਲਾਈਸੈਂਸ ਔਰ ਪਰਮਿਟ ਠੀਕ ਹੈ ਵਟ ਦੇ ਕੁਡ ਨਾਟ ਪ੍ਰੋਡਿਊਸ ਅਤੇ ਜਿੱਪੇ ਸਾਹਿਬ ਇਹਦੇ ਵਿੱਚ ਹਾਲੇ ਤੱਕ ਡੀਸੀਸੀ ਟੀਮ 'ਚ ਕੁਛ ਸਾਹਮਣੇ ਆਇਆ ਵੀ ਹੋਰ ਕਿੰਨੇ ਕੁ ਲੋਕ ਸ਼ਾਮਿਲ ਹੋ ਹੈ ਇਹਦੇ 'ਚ ਨਹੀਂ ਹਾਲੇ ਕੁਛ ਸਾਹਮਣੇ ਨਹੀਂ ਆਇਆ ਇਹ ਅਸੀਂ ਹੁਣ ਪੁਲਿਸ ਰਿਮਾਂਡ ਲਵਾਂਗੇ ਦੈਨ ਵੀ ਵਿਲ ਆਨਰ ਸਰਵਿਸ ਅਤੇ ਸਰ ਕਿਉਂਕਿ ਜਿਹੜੀ ਥਾਂ 'ਤੇ ਪੂਰਾ ਤੁਸੀਂ ਰੇਡ ਵੀ ਕੀਤਾ ਹੈ ਰਿਕਵਰ ਵੀ ਕੀਤਾ ਇਹ ਬੜਾ ਬਿਲਕੁਲ ਵਿਚਾਲੇ ਕਿ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਸਟਾਰਟਿੰਗ 'ਚ ਇਹ ਬੈਕ ਸਾਈਡ 'ਤੇ ਸੀ ਔਰ ਇਹਦੇ ਨੂੰ ਫੈਂਸਿੰਗ ਕੀਤੀ ਗਈ ਸੀ ਬਿਲਕੁਲ ਹਰੇ ਰੰਗ ਦੀ ਅਤੇ ਸਰ ਜਿੰਨੇ ਬੂਟੇ ਜਿਹੜੇ ਬਰਾਮਦ ਕੀਤੇ ਡੀ ਸੀ ਸੀ ਵੱਲੋਂ ਇਹਦਾ ਕਿੰਨਾ ਕੁ ਭਾਰ ਸੀਗਾ ਇਹਨਾਂ ਦਾ ਕੋਈ ਭਾਰ ਹੈਗਾ ਤੁਹਾਨੂੰ ਪ੍ਰੈਸ ਨੋਟ ਵਿੱਚ ਦੱਸਿਆ ਵਾ ਇਹਨਾਂ ਦਾ ਭਾਰ ਹੈਗਾ 20 ਕੇਜੀ 570 ਗ੍ਰਾਮ 20 ਕਿਲੋ 20 ਕੇਜੀ 570 ਗ੍ਰਾਮ ਤੇ ਇਹ ਕਿੱਦਾਂ ਲਗਾਇਆ ਕਿੱਦਾਂ ਹੋਇਆ ਇਹਨਾਂ ਨੇ ਬੁੱਟੇ ਮਤਲਬ ਇਹ ਕਿਆਰੀਆਂ ਚ ਲਾਏ ਵੇ ਸੀ ਕਿਆਰੀਆਂ ਤਾਂ ਕਹਿ ਸਕਦੇ ਹਾਂ ਕਿ ਸਰ ਫਸਟ ਟਾਈਮ ਹੀ ਚੰਡੀਗੜ੍ਹ ਜਿੱਦਾਂ ਤੁਸੀਂ ਵੀ ਕਿਹਾ ਦਿਸ ਇਜ਼ ਫਸਟ ਟਾਈਮ ਇਨ ਚੰਡੀਗੜ੍ਹ ਠੀਕ ਹੈ ਠੀਕ ਹੈ